ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਸੂਬੇ ਦੇ ਵਿੱਚ ਆਉਣ ਵਾਲੀਆਂ ਚਾਰ ਜ਼ਿਮਨੀ ਚੋਣਾਂ ਦੇ ਵਿੱਚੋਂ ਇੱਕ ਵੀ ਚੋਣ ਨਹੀਂ ਲੜਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਠ ਰਹੀਆਂ ਚਰਚਾਵਾਂ ਤੇ ਵਿਰਾਮ ਲਗਾ ਦਿੱਤਾ ਕਿਉਂਕਿ ਚਰਚਾਵਾਂ ਚੱਲ ਰਹੀਆਂ ਸੀ ਕਿ ਉਹਨਾਂ ਦੇ ਪਤਨੀ ਜੋ ਚਾਰ ਜ਼ਿਮਨੀ ਚੋਣਾਂ ਹੋਣੀਆਂ ਨੇ ਇੱਕ ਹੁਸ਼ਿਆਰਪੁਰ ਦੀ ਚੱਬੇਵਾਲ ਸੀਟ ਹੈ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਸੀਟ ਹੈ ਫਿਰ ਉਸ ਤੋਂ ਬਾਅਦ ਸੰਗਰੂਰ ਦੀ ਬਰਨਾਲਾ ਸੀਟ ਹੈ ਤੇ ਗਿੱਦੜਬਾਹ ਸੀਟ ਹੈ ਇਹਨਾਂ ਦੇ ਵਿੱਚੋਂ ਹੁਣ ਕੋਈ ਵੀ ਚੋਣ ਜਿਹੜੀ ਹੈ ਉਹ ਨਹੀਂ ਲੜਨਗੇ ਪੱਤਰਕਾਰਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਬੰਧੀ ਸਵਾਲ ਪੁੱਛਿਆ ਸੀ ਉਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਚਾਰ ਕਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਚੋਣ ਲੜ ਰਹੇ ਹੋ ਭਗਵੰਤ ਮਾਨ ਨੇ ਕਿਹਾ ਕਿ ਫਿਲਹਾਲ ਅਜਿਹਾ ਕੋਈ ਇਰਾਦਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਚੋਣ ਪ੍ਰਚਾਰ ਦਾ ਮਤਲਬ ਰਾਜਨੀਤੀ ਵਿੱਚ ਆਉਣਾ ਨਹੀਂ ਹੈ ਮੈਂ ਅਤੇ ਮੇਰਾ ਪਰਿਵਾਰ ਜਨਤਾ ਦੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਹਾਂ ਮੈਂ ਪੰਜਾਬ ਦੀ ਵਾਕਡੋਰ ਸੰਭਾਲ ਰਿਹਾ ਮੇਰਾ ਪਰਿਵਾਰ ਮੇਰੇ ਨਾਲ ਹੈ ਹਾਲ ਹੀ ਦੇ ਵਿੱਚ ਜਲੰਧਰ ਉਪਚੋਣ ਚ ਮੁੱਖ ਮੰਤਰੀ ਦੀ ਪਤਨੀ ਨੇ ਚੋਣ ਪ੍ਰਚਾਰ ਕੀਤਾ ਸੀ ਉਸ ਤੋਂ ਬਾਅਦ ਇਹ ਲਗਾਤਾਰ ਚਰਚਾਾਂ ਚੱਲ ਰਹੀਆਂ ਸੀ ਕਿ ਬਾਈ ਇਲੈਕਸ਼ਨ ਉਹਨਾਂ ਨੂੰ ਇੱਕ ਥਾਂ ਤੋਂ ਲੜਾਈ ਜਾ ਸਕਦੀ ਹੈ ਇਲੈਕਸ਼ਨ ਕੰਪਲੇਨ ਕਰਨਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੋਈ ਲਾਂਚ ਕਰ ਰਹੇ ਹਾਂ ਪਰਿਵਾਰ ਇੱਕ ਤੌਰ ਤੇ ਅਸੀਂ ਗਏ ਸੀਗੇ ਲੋਕਾਂ ਕਿਉਂਕਿ ਮੈਂ ਉੱਥੇ ਜਾ ਕੇ ਘਰ ਵੀ ਲੈ ਲਿਆ ਹੈਨਾ ਉੱਥੇ ਰਹਾ ਕਿ ਮਹੀਨੇ ਚ ਆਪਣਾ ਹਫ਼ਤੇ ਚ ਦੋ ਦਿਨ ਜਾਇਆ ਵੀ ਕਰਾਂਗੇ ਪਰ ਹਾਂ ਕੈਂਪੇਨ ਕਰਦੇ ਆ ਮਿਸਿਸ ਕੇਜਰੀਵਾਲ ਕੈਂਪੇਨ ਕਰ ਰਹੇ ਨੇ ਅੱਜ ਹਰਿਆਣੇ ਚ ਉਹਨਾਂ ਦੀਆਂ ਦੋ ਰੈਲੀਆਂ ਨੇ ਇਹ ਦਾ ਮਤਲਬ ਨਹੀਂ ਥੋੜੀ ਹੈ ਕਿ ਉਹ ਰਾਜਨੀਤੀ ਹਾਂ ਪਰਿਵਾਰਕ ਤੌਰ ਤੇ ਜਦੋਂ ਅਸੀਂ ਜਾਣਦੇ ਆ ਤਾਂ ਉਹ ਰਿਸ਼ਤੇ ਹੋਰ ਹੋ ਜਾਂਦੇ ਨੇ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਯਾਰ ਸਾਰਾ ਪਰਿਵਾਰ ਮੈਂ ਤਾਂ 3 ਮਹੀਨੇ ਦੀ ਬੱਚੀ ਉਹਨੂੰ ਵੀ ਛੱਡ ਕੇ ਮਤਲਬ ਦਾਦੀ ਨਾਨੀਆਂ ਕੋਲੇ ਤੇ ਅਸੀਂ ਕੰਮ ਕਰਦੇ ਰਹੇ ਮਿਹਨਤ ਕੀਤੀ ਹੈ ਔਰ ਕੱਲੀ ਮਿਸਿਸ ਮਾਨ ਨੇ ਨਹੀਂ ਕੀਤੀ ਬਹੁਤ سارے ਵਲੰਟੀਅਰਾਂ ਨੇ ਬਹੁਤ سارے ਹੋਰ ਸਾਡੇ ਜਿਨੇ ਆਦੇਦਾਰ ਨਹੀਂ ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਮਿਲਿਆ ਤੇ ਬਾਕੀ ਜਿੱਥੇ ਵੀ ਅਸੀਂ ਫਿਊਚਰ ਦੇ ਵਿੱਚ ਵੀ ਜਾਣਾ ਹੈ ਅਵੇਅਰ ਹੀ ਕਰਨਾ ਡਾਕਟਰ ਗੁਰਪ੍ਰੀਤ ਨੇ ਇਹ ਗੱਲ ਕਹੀ ਸੀਗੀ ਕਿਸੇ ਮੇਰੇ ਖਿਆਲ ਚ ਇੰਟਰਵਿਊ ਚ ਕਿ ਸੇਵਾ ਹੀ ਕਰਨੀ ਹੈ ਜੇ ਡਾਕਟਰੀ ਚ ਨਾ ਸੀ ਰਾਜਨੀਤੀ ਸੀ ਨਾ ਕਰਨੀ ਤਾਂ ਸੇਵਾ ਹੀ ਹੈ ਸੋ ਪਬਲਿਕ ਦੇ ਲਈ ਹਰ ਵਕਤ ਹਾਜ਼ਰ ਤੇ ਬਾਕੀ ਕੋਈ ਐਦਾਂ ਦਾ ਇਹ ਕੰਪਲਸਰੀ ਨਹੀਂ ਹੈ ਕਿ ਉਹ ਕੋਈ ਜਿਮਨੀ ਚੋੜਛੜੇ ਹੋਣਗੇ ਜਾਂ ਕੋਈ ਹੋਰ ਆਪਾਂ ਅੰਦਾਜ਼ੇ ਲਾਉਣ ਲੱਗ ਜਾਨੇ ਪਰ ਇਹ ਤਾਂ ਅੰਦਾਜ਼ੇ ਜਿਆਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੂੰ ਪੱਤਰ ਸੌਂਪ ਕੇ ਫਾਲਕਨ ਜਹਾਜ਼ ਦੇ ਲਾਪਤਾ ਕਰੂ ਮੈਂਬਰਾਂ ਦੀ ਭਾਲ ਦੇ ਲਈ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ ਦਰਸਲ ਇਹ ਅਪੀਲ ਸਾਬਕਾ ਵਿਧਾਇਕ ਸੰਜੇ ਤਲਵਾਰ ਦੀ ਬੇਨਤੀ ਤੇ ਕੀਤੀ ਗਈ ਜੋ ਪਠਾਨਕੋਟ ਦੇ ਸਾਬਕਾ ਜਲ ਸੈਨਾ ਅਧਿਕਾਰੀ ਰਜਿੰਦਰ ਸਿੰਘ ਦੇ ਪਰਿਵਾਰ ਦੇ ਸੰਪਰਕ ਵਿੱਚ ਸਨ ਜਹਾਜ਼ ਪਲਟਣ ਤੋਂ ਬਾਅਦ ਰਜਿੰਦਰ ਸਿੰਘ ਲਾਪਤਾ ਹੈ 15 ਜੁਲਾਈ ਨੂੰ ਓਮਾਨ ਦੇ ਦੁਕਮ ਬੰਦਰਗਾਹ ਨੇੜੇ ਜਹਾਜ਼ ਜਿਹੜਾ ਹੈ ਉਹ ਖਰਾਬ ਮੌਸਮ ਦੇ ਕਰਕੇ ਪਲਟ ਗਿਆ ਸੀ ਜਦੋਂ ਕਿ ਚਾਲਕ ਦਲ ਦੇ 16 ਮੈਂਬਰਾਂ ਚੋਂ 9 ਨੂੰ ਬਚਾ ਲਿਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ ਰਜਿੰਦਰ ਸਿੰਘ ਸਮੇਤ 6 ਲਾਪਤਾ ਹੈ